सो असी यह मैसेज कन्वे करना है कि तुसी प्लीज एटलीस्ट जिन्ना हो सकता है एनवायरमेंट नू तुसी बचाओ कि पोल्यूशन नू तुसी घट फैलाओ। ਕੀ ਤੁਸੀਂ ਇੱਥੇ ਲੋਕਾਂ ਨੂੰ ਤਾਂ ਦਰਸਾ ਰਹੇ ਹੋ ਕਿ ਤੁਹਾਨੂੰ ਲੱਗਦਾ ਕਿ ਲੋਕੀ ਤੁਹਾਡੀ ਗੱਲ ਸੁਣਦੇ? ਸਰ ਅਸੀਂ ਆਪਣੇ ਵੱਲੋਂ ਫੁੱਲ ਆਪਣਾ ਬੈਸਟ ਦਵਾਂਗੇ ਕਿ ਅਸੀਂ ਜਿੰਨੀ ਕੋਸ਼ਿਸ਼ ਹੋ ਰਹੀ ਹੈ ਅਸੀਂ ਆਪਣੇ ਵੱਲੋਂ ਕਰ ਰਹੇ ਹਾਂ। ਜਿਵੇਂ ਪਹਿਲਾਂ ਇੱਥੇ ਕਿੰਨੇ ਸਾਡੇ ਪੇੜ ਹੁੰਦੇ ਸੀ ਹਨਾ, ਸਰਕਾਰ ਨੂੰ ਵੀ ਕੁਝ ਕਰਨਾ ਚਾਹੀਦਾ ਕਿ ਜਿਹੜੇ ਉਹਨਾਂ ਨੇ ਪੇੜ ਕਟਵਾਏ ਨੇ ਤੇ ਇੱਥੇ ਉਹ ਦੁਬਾਰਾ ਪਲਾਂਟੇਸ਼ਨ ਕਰਨ, ਤੇ ਲੋਕਾਂ ਨੂੰ ਵੀ ਅਵੇਅਰਨੈਸ ਚਾਹੀਦੀ ਹੈ ਕਿ ਹੁਣ ਆਪਾਂ ਦੇਖਦੇ ਹਾਂ ਕਿ ਕਿੰਨਾ ਜ਼ਿਆਦਾ ਪੋਲੂਸ਼ਨ ਆ। ਅੱਜ ਦੀ ਡੇਟ 'ਚ ਟਾਈਮਰ ਲੱਗੇ ਹੈ, ਸਾਨੂੰ ਪਤਾ ਹੈ ਕਿ ਟਾਈਮ ਦੇ ਅਕੋਰਡਿੰਗਲੀ ਜਿਹੜਾ ਹੈਗਾ ਮੈਨੂੰ 2 ਮਿੰਟ ਵੇਟ ਕਰਨੀ ਪੈਣੀ ਹੈ। ਤਾਂ ਅਗਰ ਮੈਂ ਆਪਣਾ ਵਹੀਕਲ ਬੰਦ ਕਰ ਲੈਂਦਾ ਉਹਦੇ ਨਾਲ ਬੜੀ ਇੱਕ ਜਿਹੜੀ ਹੈ ਨਾ ਰਾਹਤ ਹੈ, ਕਿਉਂਕਿ ਜਿਹੜਾ ਉਸ ਵੇਲੇ ਧੂੰਆਂ ਹੈ ਜਿਹੜਾ ਗੱਡੀ ਦੇ ਵਿੱਚੋਂ ਅਨਡਿਊ ਏਅਰ ਦੇ ਵਿੱਚ ਪੋਲਿਊਸ਼ਨ ਕ੍ਰੀਏਟ ਕਰ ਰਿਹਾ ਹੈ, ਔਰ ਨਾਲੇ ਜਿਹੜੀ ਤੇਲ ਦੀ ਬਚਤ ਹੈ, ਦੋਨੋਂ ਚੀਜ਼ਾਂ 'ਚ ਫਾਇਦਾ ਮਿਲਦਾ। ਰੈੱਡ ਲਾਈਟ ਅਸੀਂ ਵੀ ਇਹੀ ਕਹਾਂਗੇ ਕਿ ਜਿਹੜੇ ਕਿ ਰੈੱਡ ਲਾਈਟ ਆ ਜਦੋਂ ਕਿ ਹੁੰਦੀ ਹੈ ਅਤੇ ਉਸ ਵੇਲੇ ਕੁਛ ਸਮੇਂ ਲਈ ਜੇ ਤੁਸੀਂ ਖੜ੍ਹ ਜਾਂਦੇ ਹੋ ਗੱਡੀ ਆਪਣੀ ਬੰਦ ਕਰ ਲੈਂਦੇ ਹੋ, ਪੋਲਿਊਸ਼ਨ ਦੇ ਦਾ ਜਿਹੜਾ ਕਿ ਕੰਟਰੋਲ ਹੋਏਗਾ ਹੋਏਗਾ, ਤੁਹਾਡਾ ਪੈਟਰੋਲ ਵੀ ਬਚੇਗਾ। ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ। ਸੋ ਦੋਸਤੋ ਇੱਥੇ ਜਿਹੜੇ ਪਵੇਲੀਅਨ ਮੋਲ ਦੇ ਬਾਹਰ ਖੜ੍ਹੇ ਆ, ਤੁਹਾਨੂੰ ਇੱਕ ਸ਼ੋਟ ਦਿਖਾਉਣਾ ਚਾਹੁੰਦੇ ਹਾਂ ਕਿ ਇੱਥੇ ਕਿ ਨੌਜਵਾਨ ਕੁਛ ਇੱਕ ਪ੍ਰੋਗਰਾਮ ਜਿਹਨੂੰ ਕਹਿੰਦੇ ਇੱਕ ਆਰਟਿਸਟ ਕਲਾਕਾਰ ਨੇ ਆਪਣਾ ਕਲਾ ਦਿਖਾ ਰਹੇ ਨੇ। ਸੋ ਇੱਧਰ ਦੀ ਆ ਕੇ ਦਿਖਾਉਣਾ ਚਾਹੂੰਗਾ ਮੈਂ, ਕੈਮਰਾਮੈਨ ਨੂੰ ਕਹੂੰਗਾ ਥੋੜ੍ਹਾ ਜਿਹਾ ਇੱਧਰ ਦਿਖਾਇਆ ਜਾਵੇ। ਹੱਥ 'ਚ ਸਿਲੰਡਰ ਵੀ ਨੇ ਅਤੇ ਇਹਨਾਂ ਦੇ ਮੂੰਹ ਦੇ ਉੱਤੇ ਇੱਕ ਥੋੜ੍ਹਾ ਜਿਹਾ ਕਾਲਾਪਨ ਆਇਆ ਹੋਇਆ। ਸੋ ਇੱਕ ਕੁੜੀ ਆ ਸਮਝਾ ਵੀ ਰਹੀ ਹੈ ਟ੍ਰੈਫਿਕ, ਇੱਥੇ ਟ੍ਰੈਫਿਕ ਦੇ ਜਿਹੜੇ ਕਿ ਪੁਲਿਸ ਦੇ ਮੁਲਾਜ਼ਮ ਵੀ ਇੱਥੇ ਖੜ੍ਹੇ ਨੇ। ਸੋ ਕੀ ਹੈ ਇਹਨਾਂ ਦਾ ਕਹਿਣਾ ਉਹ ਵੀ ਗੱਲ ਕਰਾਂਗੇ। ਸੋ ਸਭ ਤੋਂ ਵੱਡੀ ਗੱਲ ਦਿਖਾ ਰਹੀ ਹੈ ਕਿ ਇੱਥੇ ਕੀ ਕਹਿਣਾ ਚਾਹੁੰਦੇ ਨੇ, ਪਹਿਲਾਂ ਤੁਹਾਨੂੰ ਉਹ ਦਿਖਾਉਂਦੇ ਹਾਂ। ਸੋ ਇੱਥੇ ਇੱਕ ਬੇਟੀ ਸਾਡੇ ਨਾਲ ਆ, ਇੱਥੇ ਬੇਟਾ ਤੁਸੀਂ ਇੱਕ ਆਰਟਿਸਟ ਬਣ ਕੇ ਕੀ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਇੱਥੇ? ਸਰ ਕਿਉਂਕਿ ਜਿਵੇਂ ਅਸੀਂ ਅੱਜ ਕੱਲ੍ਹ ਦੇਖ ਰਹੇ ਹਾਂ ਕਿ ਸਾਡੇ ਅੱਜ ਕੱਲ੍ਹ ਇੰਨਾ ਜ਼ਿਆਦਾ ਪੋਲਿਊਸ਼ਨ ਹੈ ਕਿ ਅਸੀਂ ਜਦੋਂ ਬਾਹਰ ਨਿਕਲਦੇ ਹਾਂ ਇੰਨੀ ਜ਼ਿਆਦਾ ਇੱਥੇ ਗਰਮੀ ਹੈ ਬਿਕੋਜ਼ ਆਫ ਇਹਨਾਂ ਗੱਡੀਆਂ ਕਰਕੇ। ਸੋ ਅਸੀਂ ਇਹ ਮੈਸੇਜ ਕਨਵੇ ਕਰਨਾ ਹੈ ਕਿ ਤੁਸੀਂ ਪਲੀਜ਼ ਐਟਲੀਸਟ ਜਿੰਨਾ ਹੋ ਸਕਦਾ ਇਨਵਾਇਰਮੈਂਟ ਨੂੰ ਤੁਸੀਂ ਬਚਾਓ ਕਿ ਪੋਲਿਊਸ਼ਨ ਨੂੰ ਤੁਸੀਂ ਘੱਟ ਫੈਲਾਓ। ਹਾਂਜੀ, ਤਾਂ ਐਟਲੀਸਟ ਤੁਸੀਂ ਰੈੱਡ ਲਾਈਟ 'ਤੇ ਤਾਂ ਆਪਣੀ ਗੱਡੀਆਂ ਨੂੰ ਬੰਦ ਰੱਖ ਸਕਦੇ ਹੋ, ਸੋ ਡੈਟ ਜਿਹੜੀ ਇੰਨੀ ਗਰਮੀ ਹੋ ਰਹੀ ਹੈ ਇੰਨਾ ਸਾਡਾ ਇਨਵਾਇਰਮੈਂਟ ਪਲਿਊਟ ਹੋ ਰਿਹਾ ਉਹ ਘੱਟ ਹੋ ਸਕੇ। ਹਾਂਜੀ, ਸੋ ਇਹਦਾ ਸਿਰਫ HDFC ਬੈਂਕ ਨਾਲ ਤੁਸੀਂ ਰਲ ਕੇ ਕਰ ਰਹੇ ਹੋ ਕਿ ਤੁਸੀਂ HDFC ਬੈਂਕ? ਸਰ ਅਸੀਂ ਬੈਂਕ ਵੱਲੋਂ ਕਰ ਰਹੇ ਹਾਂ ਵੈਸੇ ਤੇ। ਇੱਕ ਅਵੇਅਰਨੈਸ ਲੈ ਕੇ ਆਉਣਾ ਚਾਹੁੰਦੇ ਹੋ ਲੋਕਾਂ ਦੇ ਵਿੱਚ ਕਿ ਜਦੋਂ ਟ੍ਰੈਫਿਕ ਲਾਈਟ ਦੇ ਉੱਤੇ ਲੋਕੀ ਖੜ੍ਹਦੇ ਨੇ ਇਨੀਸ਼ੀਏਟਿਵ ਉਸ ਟਾਈਮ ਜਿਹੜੀ ਆਪਣੀ ਬਾਈਕਸ ਆ ਕਾਰਸ ਆ ਬੰਦ ਰੱਖਣ ਤਾਂ ਕਿ ਜਿਹੜਾ ਲੋਕ ਜਿਹੜਾ ਕਿ ਪੋਲਿਊਸ਼ਨ ਦੇ ਵਿੱਚ ਕੁਛ ਪਰਸੈਂਟ ਜਿਹੜੀ ਹੈ ਗਿਰਾਵਟ ਆਵੇ। ਸੋ ਇੱਕ ਬੱਚੇ ਗੱਲ ਕਰਨਾ ਚਾਹਾਂਗਾ ਕਿ ਜਿੱਦਾਂ ਕਿ ਤੁਸੀਂ ਆ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਕਿ ਤੁਸੀਂ ਇੱਥੇ ਲੋਕਾਂ ਨੂੰ ਤਾਂ ਦਰਸਾ ਰਹੇ ਹੋ ਕਿ ਤੁਹਾਨੂੰ ਲੱਗਦਾ ਕਿ ਲੋਕੀ ਤੁਹਾਡੀ ਗੱਲ ਸੁਣਦੇ? ਸਰ ਅਸੀਂ ਆਪਣੇ ਵੱਲੋਂ ਫੁੱਲ ਆਪਣਾ ਬੈਸਟ ਦੇਵਾਂਗੇ ਕਿ ਅਸੀਂ ਜਿੰਨੀ ਕੋਸ਼ਿਸ਼ ਹੋ ਰਹੀ ਹੈ ਅਸੀਂ ਆਪਣੇ ਵੱਲੋਂ ਕਰ ਰਹੇ ਹਾਂ ਕਿ ਸਾਡੀ ਜਿਹੜੀ ਸਾਡੀ ਸੋਚ ਹੈ ਕਿ ਸਾਡਾ ਜਿਹੜਾ ਇਨਵਾਇਰਮੈਂਟ ਉਹ ਘੱਟ ਪਲਿਊਟ ਹੋ ਸਕੇ, ਅਸੀਂ ਇਹ ਫੁੱਲ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕਾਂ ਤੱਕ ਸਾਡਾ ਮੈਸੇਜ ਪਹੁੰਚੇ। ਜਿਵੇਂ ਕਿ ਬੱਚੇ ਕੁਛ ਸਮਾਂ ਪਹਿਲਾਂ ਸਾਡੀ ਸੜਕਾਂ ਦੇ ਆਲੇ ਦੁਆਲੇ ਹਰੇ ਭਰੇ ਰੁੱਖ ਹੁੰਦੇ ਸੀਗੇ, ਮਹਾਂਨਗਰ ਦਾ ਅਹੁਦਾ ਮਿਲਿਆ, ਮਹਾਂਨਗਰ ਬਣ ਗਿਆ, ਪਰ ਮਹਾਂਨਗਰ ਤੋਂ ਇੱਥੇ ਉਜਾੜਾ ਵੀ ਪੈ ਗਿਆ। ਸਾਨੂੰ ਵੱਡੀਆਂ ਬਿਲਡਿੰਗਾਂ ਵੱਡੇ ਕੰਪਲੈਕਸ ਤਾਂ ਮਿਲ ਗਏ ਪਰ ਸਾਫ਼ ਸੁਥਰੇ ਵਾਤਾਵਰਨ ਜਿਹੜਾ ਸਾਡਾ ਹਰਾ ਭਰਾ ਵਾਤਾਵਰਨ ਸੀਗਾ ਉਹ ਅੱਜ ਸਾਡੇ ਕੋਲ ਨਹੀਂ ਹੈ। ਇਸ ਬਾਰੇ ਤੁਹਾਡਾ ਕੀ ਖਿਆਲ ਹੈ? ਸਰ ਹੁਣ ਜਿਵੇਂ ਆਪਾਂ ਵੇਖ ਰਹੇ ਹਾਂ ਕਿ ਅਸੀਂ ਵੀ ਲਾਈਕ ਹੁਣ ਸਾਡੇ ਜਿਵੇਂ ਪ੍ਰੋਗਰੈਸ ਕਰਨ ਵਾਸਤੇ ਇੰਨੀਆਂ ਸਾਰੀਆਂ ਬਿਲਡਿੰਗਸ ਬਣ ਰਹੀਆਂ ਨੇ, ਇੰਨਾ ਕੁਛ ਹੋ ਰਿਹਾ, ਬਟ ਲੋਕਾਂ ਨੂੰ ਵੀ ਧਿਆਨ ਦੇਣਾ ਚਾਹੀਦਾ, ਕੁਝ ਸਰਕਾਰ ਨੂੰ ਵੀ ਧਿਆਨ ਦੇਣਾ ਚਾਹੀਦਾ ਕਿ ਹੁਣ ਇੰਨੇ ਸਾਰੇ ਫਲਾਈਓਵਰਸ ਬਣ ਰਹੇ ਆ ਹਨਾ, ਬਟ ਉਹਨਾਂ ਨੂੰ ਜਿਵੇਂ ਪਹਿਲਾਂ ਇੱਥੇ ਕਿੰਨੇ ਸਾਡੇ ਪੇੜ ਹੁੰਦੇ ਸੀ ਹਨਾ, ਸਰਕਾਰ ਨੂੰ ਵੀ ਕੁਝ ਕਰਨਾ ਚਾਹੀਦਾ ਕਿ ਜਿਹੜੇ ਉਹਨਾਂ ਨੇ ਪੇੜ ਕਟਵਾਏ ਨੇ ਤੇ ਇੱਥੇ ਉਹ ਦੁਬਾਰਾ ਪਲਾਂਟੇਸ਼ਨ ਕਰਨ, ਤੇ ਲੋਕਾਂ ਨੂੰ ਵੀ ਅਵੇਅਰਨੈਸ ਚਾਹੀਦੀ ਹੈ ਕਿ ਹੁਣ ਆਪਾਂ ਦੇਖਦੇ ਹਾਂ ਕਿ ਕਿੰਨਾ ਜ਼ਿਆਦਾ ਪੋਲਿਊਸ਼ਨ ਆ। ਸੋ ਇੱਥੇ ਤੁਹਾਨੂੰ ਦਿਖਾ ਦਈਏ ਕਿ ਇੱਥੇ ਆਰਟਿਸਟ ਜਿਹੜੇ
HDFC बैंक के ने हाथ सिलेंडर पकड़े हुए ने जो कि गैस सिलेंडर ऑक्सीजन सिलेंडर आ सो इन्होंने मूँह से देखो थोड़ा इन्होंने कालापन भी किया ताकि जेडे की है पोल्यूशन के नाल इन्हों दिखाना दर्शाना चाहते हैं कि इन्हों जो प्रॉब्लम्स आ रही ने सो HDFC बैंक के सीनियरस इतने पहुंचे ने उन्होंने भी गल कर रहे हैं स्वागत है सर थोड़ा प्राइम थैंक यू जी थैंक यू सर ये मुहिम चला रहे हो किन्ना क सक्सैस समझते हो कि एक दिन की मुहिम थोड़ा साडा महान पहला जिदा मैं गल की महानगर तो बन गया पर साडा महानगर के कुछ इधर है नहीं शायद जिन्होंने महानगर कह दिल करिए नहीं मैं तुम्हें दसना चाहवागा देखो ये HDFC बैंक का जो उपराला है ये साडा ना एक CSR प्रोग्राम होंगे जिदे परिवर्तन करके असी इनू चला रहे हैं तो ये जिहड़ा साडा अज मुहिम असी चलाई हैगी है ये मुहिम सिर्फ एक दिन नहीं ये कॉन्टीन्यूसली साड़ी पूरे इंडिया दे विच चल रही हैगी है और असी इनू कॉन्टीन्यू करना है क्योंकि साडा जिहड़ा परिवर्तन प्रोग्राम हैगा CSR दा इहदे विच असी कॉन्टीन्यूसली ये कोशिश करते रहने हैं कि ज़्यादा तो ज़्यादा जिहड़ा भी आपां इनिशिएटिव लिया उहदे विच आपां लोगों की किदां लाइफ नू बदल सकते हैं ये जिहड़ा इंजन ऑफ असी कह रहे हैं मतलब जिहड़ा असी एयर पोल्यूशन की गल कर रहे हैं इहदे विच साडा पर्पस भी यही हैगा मैं सिर्फ ये दसना चाहना जी ये की है कि जिम्मे आप लाइट से भी होंगे सानू पता है कि रेड लाइट हैगी है एक मिनट की या डेढ़ मिनट की है या दो मिनट की किसी वेले है अज की डेट जो टाइमर लगे है सानू पता है कि टाइम के अकॉर्डिंगली जो है मैं दो मिनट वेट करनी पैनी है तो अगर मैं अपना व्हीकल बंद कर लेना वो बड़ी एक जी है ना राहत है क्योंकि जो उस वे धुआं है जो गड्डी के अनड्यू एयर के पोल्यूशन क्रिएट कर रहा है और नाले जी तेल की बचत है दोनों चीज़ों फायदा मिलता पर तुसी देखोगे जिवें तुसी क्या महानगर है इतने किन्ने ही वहीकल है अगर तुसी आपा एक चौंक ते खड़े हाँ इस चौंक दे नाल तुसी पूरे शहर का अगर मल्टीप्लाई कर लो और अगर असी उन्हूं एक या दो मिनट जे आपा पा दें डिफरेंस तो तुसी देखोगे उहदे नाल बहुत वड्डा एक जिहड़ा वो इफेक्ट जिहड़ा इंपैक्ट है अच्छा इहदे विच की है एज ए बैंक असी एक अपना छोटा जिहा साडी टीम जिहड़ी है वो नाटक करके भी उहदे राहीं लोकां नूं दसण की कोशिश कर रही है कि अगर तुम सारे मिल के सहयोग दोगे ये बहुत एक फायदा मिलेगा क्योंकि अज की डेट सू सब पता कि पोल्यूशन के नाल असी बहुत समस्या ना जूझ रहे हैं तो जे आप थोड़ा जहा सारे मिल के एक बार इनू थोड़ा जहा एक मिनट दो मिनट जो भी आप कर पा रहे हैं ये कॉन्ट्रीब्यूट ये आप सारू बहुत फायदा मिलने वाला है सर ये ई बाइक्स ई रिक्शा ई जी कार आ रही किन्ना कि प्रमोट करना चाहोगे क्योंकि बैंक के लोन वगैरह भी करते हो क्योंकि इस चीज़ ना एक तो फायदा भी है तो एक पोल्यूशन दे जिहड़ा की जे गल करिए कर ही रहे हो उहदे विच बहुत गिरावट आएगी बिल्कुल जी इहदा बहुत फायदा है मतलब कि तुसी आप देखोगे जिवें ई बाइक या ई दा चलन चल रहा इलैक्ट्रिक वा उहदे नाल की एक तो कोई इदां दा नॉइस नहीं हैगी कोई पोल्यूशन भी नहीं हैगा असी इत्थे थोड़ा जिहा भी कर रहे हैं कि जिहड़े लोग ई बाइक या उहदे ते आ रहे है उहनू यूज़ कर रहे है उत्थे असी अपनी टीम नूं कहा असी उहनां नूं एक फ्लावर दे के थोड़ा जिहा उहनां नूं भी मोटीवेट कर रहे हैं कि चंगी गल है कि वो यूज़ कर रहे हैं तो बाकी भी देखन तो बाकी भी जड़े है उस ई रिक्शा या ई वहीकल के नाल जड़ा है वो जुड़े सो असी इतने एक मिनट लोगों भी देखते हैं जो लोग लंघते उन्होंने भी गल करने की कोशिश करते हैं कि उन्होंने जी मुहिम आ सो कितनी कि वधिया लगती सो जे कि अज के इतने करनैल सर जो DSP करनैल सर ट्रैफिक वह भी इतने पहुँच चुके ने लोगों भी गल करांगे सो DSP करनैल सर इतने पहुँच चुके ने इस मुहिम के जो कि हमेशा ट्रैफिक नूं अवेयरनैस करन जिहदा बहुत उहनां दा वड्डा रोल रहिंदा ते अज इत्थे पहुंचे उहनां नाल भी गल करांगे सो साडे नाल DSP करनैल सर ने सर करनैल सर HDFC वल्लों इक बहुत वधिया उपराला कीता जा रिहा तुसीं वी इत्थे पहुंचो की कहना चाहुंदे हो देखो HDFC बैंक वल्लों जो ये एक नुक्कड़ नाटक का उपराला किया गया कि ये जिस तरह के रैड लाइट हुंदी आ उत्थे लोकां नूं एक नुक्कड़ नाटक राहीं अवेयर करदे आ कि सानू जदों अहीं रैड लाइट ते रुकदे आ सानू सारयां नू जिहड़े व्हीकल आ उह बंद करने चाहीदे आ तां कि कोई 30 सकेंट की कोई 90 सकेंट की जिहड़ी आ रैड लाइट आ और आपां एक शहर पद्धर ते देखिए किन्ने चौंक आ और स्टेट पद्धर ते देखिए और इंडिया लैवल ते देखिए ते लोकां दे लई बहुत मतलब फर्क पै सकदा पोल्यूशन लई सो सानू इहदे नाल सारयां नू जागरूक होना चाहीदा और रैड लाइट ते सानू अपनी गड्डी बंद करनी चाहिए सो करना सर एक महानगर का मैं पहला भी गल की सर ना भी महानगर का उदा मिले पर काफ़ी चीज़ा है जी कि महानगर महानगर नहीं लगन दे रही सब तो पहला गल कर रहे रुखा की
ਸਾਡੇ ਦੇਸ਼ ਦੇ ਵਿੱਚ ਰੁੱਖਾਂ ਦੀ ਪੰਜਾਬ ਨੂੰ ਇੰਨਾ ਸਾਡੇ ਕੋਲ ਰੁੱਖ ਸੀਗਾ ਸੜਕਾਂ ਦੇ ਆਲੇ ਦੁਆਲੇ, ਪਰ ਅੱਜ ਜੇ ਗੱਲ ਕਰੀਏ ਇੰਨਾ ਕੁ ਗਰਮੀ ਗਲੋਬਲ ਜਿਹੜੀ ਵਾਰਮਿੰਗ ਹੋਣੀ ਉਹਦਾ ਕਾਰਨ ਕਿਤੇ ਰੁੱਖ ਵੀ ਆ, ਕਿਉਂਕਿ ਰੁੱਖ ਵੱਢੇ ਗਏ ਦੁਆਰਾ ਲਗਾਏ ਨਹੀਂ ਗਏ। ਜਿਹੜੇ ਸੈਂਟਰ ਦੇ ਵਿੱਚ ਕਿਸੇ ਵੀ ਸੜਕ ਦੇ ਸੈਂਟਰ ਦੇ ਵਿੱਚ ਜਗ੍ਹਾ ਛੱਡੀ ਹੁੰਦੀ ਆ ਉੱਥੇ ਵੀ ਰੁੱਖ ਲਾਉਣੇ ਚਾਹੀਦੇ, ਪਰ ਸਰਕਾਰਾਂ 'ਚ ਫੇਲੀਅਰ ਨਜ਼ਰ ਆਉਂਦੀਆਂ ਨੇ, ਚਾਹੇ ਪਹਿਲੀਆਂ ਸੀ ਚਾਹੇ ਹੁਣ ਦੀ ਵੀ ਆ। ਦੇਖੋ ਅਸੀਂ ਵੱਖ ਵੱਖ ਐਨ ਜੀ ਓ ਦੇ ਨਾਲ ਮਿਲ ਕੇ ਜਿਹੜੇ ਕਿ ਜਿੱਥੇ ਖਾਲੀ ਜਗ੍ਹਾ ਪਈਆਂ ਅਸੀਂ ਉਹਨਾਂ 'ਤੇ ਜਿਹੜੇ ਆ ਕਿ ਰੁੱਖ ਲਗਵਾਉਂਦੇ ਹਾਂ, ਔਰ ਲੋਕਾਂ ਨੂੰ ਇਹ ਵੀ ਇਹ ਨਹੀਂ ਕਹਿ ਰਹੇ ਕਿ ਜਦੋਂ ਰੁੱਖ ਲਗਾਏ ਜਾਂਦੇ ਆ ਉਹਨਾਂ ਨੂੰ ਪਾਲਣਾ ਵੀ ਆ, ਇਹ ਨਹੀਂ ਕਿ ਰੁੱਖ ਲਗਾ ਤੇ ਉਸ ਤੋਂ ਬਾਅਦ ਉਹਦੀ ਕੇਅਰ ਨਹੀਂ ਕਰਨੀ। ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਸਾਨੂੰ ਰੁੱਖ ਲਗਾਉਣੇ ਚਾਹੀਦੇ, ਉਹਦੇ ਨਾਲ ਵੀ ਜਿਹੜਾ ਪੋਲਿਊਸ਼ਨ ਬਹੁਤ ਫਰਕ ਪੈਂਦਾ। ਉਨੀ ਦੇਰ ਇੰਜਨ ਬੰਦ ਰੱਖਿਆ ਜਾਵੇ ਤਾਂ ਪੋਲਿਊਸ਼ਨ ਦੇ ਵਿੱਚ ਸ਼ਾਇਦ ਘੱਟ ਗਿਰਾਵਟ ਆਏਗੀ, ਕਿਉਂਕਿ ਜਦੋਂ ਆਪਾਂ ਇੱਕ ਦੋ ਮਿੰਟ ਲਈ ਗੱਡੀਆਂ ਸਾਡੀਆਂ ਚੱਲਦੀਆਂ ਰਹਿੰਦੀਆਂ ਨੇ ਤਾਂ ਪੋਲਿਊਸ਼ਨ ਵੱਧਦਾ, ਕਿੱਦਾਂ ਦੇਖਦੇ ਹੋ? ਇਹ ਤਾਂ ਸਹੀ ਹੈ ਜੀ, ਜੇ ਹਮ ਦੋ ਮਿੰਟ ਬੰਦ ਕਰਦੇ ਹਾਂ ਪੈਟਰੋਲ ਵੀ ਵੱਜਦੀ ਹੈ ਜੀ, ਪੋਲਿਊਸ਼ਨ ਵੀ ਕਮ ਹੋਊ। ਸੋ ਹੋਰ ਵੀ ਲੋਕ ਇੱਥੇ ਖੜ੍ਹੇ ਨਾਲ ਗੱਲ ਕਰ ਰਹੇ ਹਾਂ। ਸਰ ਇੱਕ ਮੁਹਿੰਮ ਚੱਲ ਰਹੀ ਆ, ਇਹ ਬੱਚੇ ਆ ਐਚ ਡੀ ਐਫ ਸੀ ਬੈਂਕ ਦੇ, ਉਹ ਇੱਕ ਮੁਹਿੰਮ ਦੇ ਤਹਿਤ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਵੀ ਜਦੋਂ ਅਸੀਂ ਰੈੱਡ ਲਾਈਟ 'ਤੇ ਖੜ੍ਹਦੇ ਹਾਂ ਤਾਂ ਦੋ ਮਿੰਟ ਸਾਡੀ ਦੋ ਮਿੰਟ ਦੀ ਰੈੱਡ ਲਾਈਟ ਹੁੰਦੀ ਆ, ਚਾਰ ਮਿੰਟ ਦੀ ਬਾਈਕ ਬੰਦ ਕਰ ਲਓ ਅਤੇ ਉਹਦੇ ਨਾਲ ਪੋਲਿਊਸ਼ਨ ਵੀ ਬਚਦਾ। ਕੀ ਕਹਿਣਾ ਚਾਹੁੰਦੇ ਹੋ? ਚਾਹੀਦਾ ਇੱਦਾਂ ਹੀ ਚਾਹੀਦਾ ਜੀ, ਸਹੀ ਤੁਹਾਨੂੰ ਕਿ ਇਹਨਾਂ ਲਈ ਬਹੁਤ ਵਧੀਆ ਕੰਮ ਭਲਾ ਹੋਗਾ, ਪੈਟਰੋਲ ਵੀ ਬਚਦਾ। ਹਾਂਜੀ ਬਹੁਤ ਵਧੀਆ ਕੰਮ ਕਰ ਰਹੇ ਨੇ। ਸੋ ਰੈੱਡ ਲਾਈਟ ਅਸੀਂ ਵੀ ਇਹੀ ਕਹਾਂਗੇ ਕਿ ਜਿਹੜੇ ਕਿ ਰੈੱਡ ਲਾਈਟ ਆ ਜਦੋਂ ਕਿ ਹੁੰਦੀ ਆ ਅਤੇ ਉਸ ਵੇਲੇ ਕੁਛ ਸਮੇਂ ਲਈ ਜੇ ਤੁਸੀਂ ਖੜ੍ਹ ਜਾਂਦੇ ਹੋ ਗੱਡੀ ਆਪਣੀ ਬੰਦ ਕਰ ਲੈਂਦੇ ਹੋ, ਪੋਲਿਊਸ਼ਨ 'ਤੇ ਦਾ ਜਿਹੜਾ ਕਿ ਕੰਟਰੋਲ ਹੋਏਗਾ ਹੋਏਗਾ, ਤੁਹਾਡਾ ਪੈਟਰੋਲ ਵੀ ਬਚੇਗਾ। ਅਤੇ ਇਸ ਬਹੁਤ ਵੱਡਾ ਵਧੀਆ ਉਪਰਾਲਾ ਇਹਨਾਂ ਬੱਚਿਆਂ ਵੱਲੋਂ ਕੀਤਾ ਜਾ ਰਿਹਾ, ਐਚ ਡੀ ਐਫ ਸੀ ਬੈਂਕ ਵੱਲੋਂ ਕੀਤਾ ਜਾ ਰਿਹਾ। ਸੋ ਅਸੀਂ ਵੀ ਇਹਨਾਂ ਨੂੰ ਐਪਰੀਸ਼ੀਏਟ ਕਰਦੇ ਹਾਂ ਅਤੇ ਹੋਰ ਵੀ ਇਹਨਾਂ ਨੂੰ ਵੀ ਵਧਾਈ ਦਿੰਦੇ ਹਾਂ ਕਿ ਇੱਧਰ ਉਪਰਾਲੇ ਕਰੀ ਜਾਣ ਤਾਂ ਕਿ ਸਮਾਜ ਨੂੰ ਜਾਗਰੂਕ ਕਰਨ ਦੇ ਵਿੱਚ ਕੋਈ ਕਮੀ ਨਾ ਰਹੇ। ਸੋ ਨਵੀਂ ਅਤੇ ਤਾਜ਼ਾ ਅਪਡੇਟ ਲੈ ਕੇ ਫਿਰ ਤੋਂ ਤੁਹਾਡੇ ਮੂਹਰੇ ਹਾਜ਼ਰ ਹੋਵਾਂਗੇ। ਦੇਖਦੇ ਰਹੋ ਪ੍ਰਾਈਮ ਉਹਦੇ ਨਿਊਜ਼ ਚੈਨਲ, ਕੈਮਰਾਮੈਨ ਵਿਨੋਦ ਠਾਕੁਰ ਦੇ ਨਾਲ ਮਨੋਜ ਜੀਰਾ।